ਚੰਨ ਕੁਦਰਤ ਦੀ ਇੱਕ ਐਸੀ ਤਖਲੀਕ ਹੈ ਜਿਹਨੂੰ ਵੇਖ ਕੇ ਅਸੀਂ ਬਹੁਤ ਖੁਸ਼ ਹੁੰਨੇ ਆ ਤੇ ਉਹਦੀ ਮਿੱਠੀ ਚਾਨਣੀ ਵਿੱਚ ਬਹਿ ਕੇ ਤਰ੍ਹਾਂ ਤਰ੍ਹਾਂ ਦੇ ਸੁਪਨੇ ਵੇਖਨੇ ਆ ਤੇ ਆਪਣੇ ਮਿੱਤਰ ਪਿਆਰਿਆਂ ਨਾਲ ਆਨੰਦ ਮਾਣਨੇ ਆ। ਚੰਨ ਦੇ ਨਾਲ ਬਹੁਤ ਸਾਰੇ ਸ਼ਾਇਰਾਂ ਨੇ ਆਪਣੇ ਮਹਿਬੂਬ ਨੂੰ ਤਸ਼ਬੀਹ ਵੀ ਦਿੱਤੀ, ਪਰ ਅੱਜ ਅਸੀਂ ਗੱਲ ਚੰਨ ਦੀ ਨਹੀਂ ਕਰ ਰਹੇ ਪਰ ਇੱਕ ਐਸੇ ਇਨਸਾਨ ਬਾਰੇ ਜਾਣਨ ਵਾਲੇ ਹਾਂ ਜਿਹਦੀ ਕਬਰ ਚੰਨ 'ਤੇ ਮੌਜੂਦ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਇਹ ਇਨਸਾਨ ਚੰਨ 'ਤੇ ਕਿਵੇਂ ਪਹੁੰਚਿਆ ਅਤੇ ਉੱਥੇ ਇਹਦੀ ਕਬਰ ਕਿਹਨੇ ਬਣਾਈ। ਅੱਜ ਦੀ ਡਾਕੂਮੈਂਟਰੀ ਵਿੱਚ ਅਸੀਂ ਇਸ ਇਨਸਾਨ ਬਾਰੇ ਗੱਲ ਕਰਾਂਗੇ ਜੋ ਕਿ ਇੱਕ ਬੁਝਾਰਤ ਤੋਂ ਘੱਟ ਨਹੀਂ। ਜੀਓਗ੍ਰਾਫਿਕ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ। ਇਹਦੇ ਨਾਲ ਨਾਲ ਅਸੀਂ ਆਪਣੇ ਵੇਖਣ ਵਾਲਿਆਂ ਨੂੰ ਇਹ ਜ਼ਰੂਰ ਕਹਾਂਗੇ ਕਿ ਜੀਓਗ੍ਰਾਫਿਕ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕੋਨ ਦਾ ਬਟਨ ਜ਼ਰੂਰ ਦਬਾਓ ਤਾਂ ਜੇ ਰੋਜ਼ਾਨਾ ਨਵੀਂ ਆਉਣ ਵਾਲੀ ਡਾਕੂਮੈਂਟਰੀ ਤੁਹਾਨੂੰ ਵੇਲੇ ਸਿਰ ਮਿਲ ਸਕੇ। ਇਹ ਗੱਲ ਸੁਣਨ ਨੂੰ ਤਾਂ ਬੜੀ ਅਜੀਬ ਲੱਗਦੀ ਹੈ ਅਤੇ ਸਾਰੇ ਵੇਖਣ ਅਤੇ ਸੁਣਨ ਵਾਲਿਆਂ ਦੇ ਜ਼ਿਹਨ ਵਿੱਚ ਇਹ ਖਿਆਲ ਜ਼ਰੂਰ ਆ ਰਿਹਾ ਹੋਵੇਗਾ ਕਿ ਆਖਰ ਇਹ ਇਨਸਾਨ ਕਿਵੇਂ ਚੰਨ 'ਤੇ ਗਿਆ ਅਤੇ ਇਹਦੀ ਕਬਰ ਕਿੰਨੇ ਬਣਾਈ। ਇਸ ਇਨਸਾਨ ਦਾ ਨਾਂ ਯੂਜਿਨ ਸ਼ੂਮੇਕਰ ਹੈ। ਸੰਨ 1928 ਵਿੱਚ ਅਮਰੀਕਾ ਵਿੱਚ ਜਨਮ ਲੈਣ ਵਾਲਾ ਇਹ ਸ਼ਖਸ ਸਾਡੇ ਵਿੱਚੋਂ ਬਹੁਤੇ ਲੋਕ ਨੀਲ ਆਰਮਸਟਰਾਂਗ ਨੂੰ ਜਾਣਦੇ ਨੇ ਕਿਉਂਕਿ ਇਹਦੇ ਬਾਰੇ ਨਿੱਕੇ ਹੁੰਦਿਆਂ ਤੋਂ ਸਾਨੂੰ ਸਕੂਲ ਵਿੱਚ ਪੜ੍ਹਾਇਆ ਜਾਂਦਾ ਹੈ, ਜਿਹਨੂੰ ਕਿ ਚੰਨ 'ਤੇ ਪਹਿਲਾ ਕਦਮ ਰੱਖਣ ਵਾਲਾ ਇਨਸਾਨ ਕਿਹਾ ਜਾਂਦਾ ਹੈ। ਪਰ ਯੂਜਿਨ ਸ਼ੂਮੇਕਰ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ। ਹੁਣ ਤੱਕ ਚੰਨ 'ਤੇ ਦਫ਼ਨ ਹੋਣ ਵਾਲਾ ਇਹ ਵਾਹਿਦ ਸ਼ਖਸ ਹੈ ਅਮਰੀਕੀ ਮਾਹਿਰ ਫਲਕੀਆਤ ਅਤੇ ਅਰਜ਼ੀਆਤ ਯੂਜਿਨ ਸ਼ੂਮੇਕਰ ਬਾਰੇ ਦੱਸਦੇ ਨੇ ਕਿ ਜਿਹਨੂੰ ਚੰਨ 'ਤੇ ਸਿਆਰਿਆਂ ਬਾਰੇ ਇਲਮ ਹਾਸਲ ਕਰਨ ਦਾ ਬਹੁਤ ਸ਼ੌਕ ਸੀ ਅਤੇ ਉਹ ਆਪਣੇ ਸ਼ੌਕ ਨੂੰ ਪਾਣੀ ਦੇਣ ਲਈ ਹਰ ਉਸ ਇਦਾਰੇ 'ਚ ਅਤੇ ਉਸ ਕਿਤਾਬ ਨੂੰ ਪੜ੍ਹਦਾ ਸੀ ਜੋ ਫਲਕੀਆਤ ਬਾਰੇ ਇਲਮ ਦਿੰਦੀ ਹੈ। ਯੂਜਿਨ ਸ਼ੂਮੇਕਰ ਇਹ ਅਮਰੀਕਾ ਵਿੱਚ ਖਲਾਬਾਜ਼ਾਂ ਨੂੰ ਤਰਬੀਅਤ ਵੀ ਦਿੰਦਾ ਸੀ, ਜਦੋਂ ਕਿ ਯੂਜਿਨ ਨੇ ਚੰਨ ਦੇ ਬਾਰੇ ਵੀ ਚੰਗੀ ਭਲੀ ਤਹਿਕੀਕ ਕੀਤੀ ਹੋਈ ਸੀ। ਯੂਜਿਨ ਸ਼ੂਮੇਕਰ ਨੇ ਆਪਣੀ ਟੀਮ ਨਾਲ ਮਿਲ ਕੇ ਚੰਨ ਦਾ ਨਕਸ਼ਾ ਵੀ ਬਣਾਇਆ ਸੀ ਕਿ ਚੰਨ ਅੰਦਰੋਂ ਕਿਵੇਂ ਦਾ ਹੋਵੇਗਾ ਅਤੇ ਇਹਦੀ ਜ਼ਮੀਨ ਕਿੰਜ ਦੀ ਹੋਵੇਗੀ। ਪਰ ਯੂਜਿਨ ਸ਼ੂਮੇਕਰ ਦਾ ਜਨੂੰਨ ਸਿਰਫ ਚੰਨ 'ਤੇ ਖੋਜ ਕਰਨਾ ਨਹੀਂ ਸੀ ਅਤੇ ਚੰਨ 'ਤੇ ਜਾਣਾ ਵੀ ਇਹਦਾ ਸੁਪਨਾ ਸੀ। ਕਿਹਾ ਜਾਂਦਾ ਹੈ ਉਹ ਨਿੱਕੇ ਹੁੰਦਿਆਂ ਤੋਂ ਹੀ ਚੰਨ 'ਤੇ ਜਾਣ ਬਾਰੇ ਸੋਚਦਾ ਰਹਿੰਦਾ ਸੀ। ਜਦੋਂ ਇਨਸਾਨ ਨੇ ਚੰਨ ਵੱਲ ਜਾਣ ਦੀ ਸ਼ੁਰੂਆਤ ਕੀਤੀ ਤੇ ਯੂਜਿਨ ਸ਼ੂਮੇਕਰ ਬਹੁਤ ਖੁਸ਼ ਸੀ ਕਿਉਂਕਿ ਉਹਦਾ ਸੁਪਨਾ ਪੂਰਾ ਹੋਣ ਜਾ ਰਿਹਾ ਸੀ ਇਸ ਆਸ 'ਤੇ ਕਿ ਕਦੀ ਨਾ ਕਦੀ ਉਹ ਵੀ ਚੰਨ 'ਤੇ ਜਾਵੇਗਾ। ਪਰ ਇੰਜ ਨਹੀਂ ਹੋ ਸਕਿਆ। ਯੂਜਿਨ ਨੂੰ ਇੱਕ ਅਜਿਹੀ ਬਿਮਾਰੀ ਸੀ ਜਿਹਨੂੰ ਐਡੀਸਨ ਦੀ ਬਿਮਾਰੀ ਕਹਿੰਦੇ ਨੇ, ਜਿਸ ਵਿੱਚ ਇਨਸਾਨ ਨੂੰ ਤਾਪ ਰਹਿੰਦਾ ਹੈ ਅਤੇ ਉਹ ਹਮੇਸ਼ਾ ਉਲਝਣ ਦਾ ਸ਼ਿਕਾਰ ਰਹਿੰਦਾ ਹੈ। ਯੂਜਿਨ ਨੂੰ ਇਸ ਬਿਮਾਰੀ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਉਹ ਚੰਨ 'ਤੇ ਜਾਣ ਦਾ ਸਫ਼ਰ ਨਹੀਂ ਸੀ ਕਰ ਸਕਦਾ। ਪਰ ਯੂਜਿਨ ਇਹ ਖਵਾਹਿਸ਼ ਆਪਣੇ ਦਿਲ ਵਿੱਚ ਲੈ ਕੇ ਹੀ ਮੌਤ ਦੇ ਮੂੰਹ ਵਿੱਚ ਚਲਾ ਗਿਆ। ਇਹਦੀ ਮੌਤ 1997 ਵਿੱਚ ਇੱਕ ਕਾਰ ਐਕਸੀਡੈਂਟ ਵਿੱਚ ਹੋਈ। ਇਹ ਉਸ ਵੇਲੇ ਆਸਟ੍ਰੇਲੀਆ ਵਿੱਚ ਸੀ। ਪਰ ਇਹਦੀ ਮੌਤ ਤੋਂ ਬਾਅਦ ਕੁਛ ਇੰਜਦਾ ਹੋਇਆ ਕਿ ਜੋ ਵਾਕਈ ਹੈਰਾਨ ਕੌਣ ਹੈ ਉਹ ਇਹ ਸੀ ਕਿ ਅਮਰੀਕੀ ਮਾਹਿਰ ਫਲਕੀਆਤ ਯੂਜਿਨ ਸ਼ੂਮੇਕਰ ਦੀ ਖਿਦਮਾਤ ਦੇ ਇਤਰਾਫ਼ ਵਿੱਚ ਉਹਦੇ ਨਾਲ ਕੁਝ ਇੰਜਦਾ ਕਰਨਾ ਚਾਹ ਰਹੇ ਸਨ ਕਿ ਉਹਦੀ ਰੂਹ ਖੁਸ਼ ਹੋ ਜਾਵੇ। ਇਸ ਲਈ ਯੂਜਿਨ ਸ਼ੂਮੇਕਰ ਦੀ ਲਾਸ਼ ਨੂੰ ਸਾੜ ਕੇ ਅਤੇ ਉਹਦੀ ਸਵਾਹ ਇੱਕ ਕੈਪਸੂਲ ਵਿੱਚ ਭਰੀ ਗਈ। ਇਹ ਕੰਮ ਕਰਨਾ ਏਡਾ ਸੌਖਾ ਨਹੀਂ ਸੀ, ਪਰ ਇਹਦੇ ਵਾਸਤੇ ਸੈਲੀਸਲ ਕੰਪਨੀ ਦੀ ਖਿਦਮਾਤ ਲਈ ਗਈ। ਇਹ ਕੰਪਨੀ ਲੋਕਾਂ ਦੀਆਂ ਲਾਸ਼ਾਂ ਦੀ ਬਾਕੀਆਤ ਨੂੰ ਖਲਾਅ ਵਿੱਚ ਭੇਜਦੀ ਸੀ। ਇਸੇ ਕੰਪਨੀ ਨੇ ਨਾਸਾ ਨਾਲ ਮਿਲ ਕੇ ਯੂਜਿਨ ਦੀ ਲਾਸ਼ ਦੀ ਸਵਾਹ ਨੂੰ ਇੱਕ ਕੈਪਸੂਲ ਵਿੱਚ ਭਰਿਆ। ਨਾਸਾ ਦੇ ਲਿਊਨੀਅਰ ਪ੍ਰੋਸਪੈਕਟਿਸ ਸਪੇਸ ਕ੍ਰਾਫਟ ਵਿੱਚ ਰੱਖ ਦਿੱਤਾ, ਜਿਹਨੇ ਚੰਨ 'ਤੇ ਜਾ ਕੇ ਬਲਾਸਟ ਹੋ ਜਾਣਾ ਸੀ। ਇਸ ਤਰ੍ਹਾਂ ਯੂਜਿਨ ਦੀ ਸਵਾਹ ਨੂੰ ਚੰਨ ਦੀ ਸਤ੍ਹਾ 'ਤੇ ਖਿਲਾਰ ਦੇਣਾ ਸੀ। ਇਹ ਸਪੇਸ ਕ੍ਰਾਫਟ 6 ਜਨਵਰੀ 1988 ਨੂੰ ਜ਼ਮੀਨ ਤੋਂ ਚੰਨ ਵੱਲ ਰਵਾਨਾ ਹੋਇਆ ਅਤੇ ਚੰਨ 'ਤੇ ਜਾ ਕੇ
ਕ੍ਰੈਸ਼ ਹੋ ਗਿਆ ਜਿਹਦੇ ਕ੍ਰੈਸ਼ ਹੋਣ ਨਾਲ ਯੂਜੇਨ ਦੀ ਲਾਸ਼ ਦੀ ਸਵਾਹ ਚੰਦ ਦੀ ਸਤਾ ਤੇ ਖਿਲਰ ਗਈ। ਇਸ ਤਰ੍ਹਾਂ ਯੂਜੇਨ ਦੁਨੀਆਂ ਦਾ ਉਹ ਵਾਹਿਦ ਇਨਸਾਨ ਬਣ ਗਿਆ ਜਿਹਦੀ ਸਮਾਧ ਜਾਂ ਕਬਰ ਚੰਦ ਤੇ ਹੈ। ਇਹ ਅਸੀਂ ਸਭ ਜਾਣਦੇ ਹਾਂ ਕਿ ਜਦੋਂ ਦਾ ਚੰਦ ਦਾ ਸਫ਼ਰ ਇਨਸਾਨ ਨੇ ਸ਼ੁਰੂ ਕੀਤਾ ਹੈ ਉਦੋਂ ਤੋਂ ਦੁਨੀਆਂ ਦੇ ਦੌਲਤਮੰਦ ਚੰਦ ਤੇ ਜਾਣਾ ਚਾਹੁੰਦੇ ਨੇ ਅਤੇ ਉੱਥੋਂ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ ਅਤੇ ਉੱਥੇ ਜਾ ਕੇ ਵੱਡੇ ਵੱਡੇ ਘਰ ਬਣਾਉਣ ਦੀ ਖੁਆਇਸ਼ ਜ਼ਾਹਿਰ ਕਰ ਚੁੱਕੇ ਨੇ। ਇਹਨਾਂ ਵਿੱਚੋਂ ਇੱਕ ਸ਼ਖਸ ਡੈਨਿਸ਼ ਸੋਪ ਵੀ ਹੈ ਜੋ ਪਹਿਲੇ ਹੀ ਚੰਦ 'ਤੇ ਆਪਣੀ ਮਿਲਕੀਅਤ ਦਾ ਦਾਅਵਾ ਕਰ ਚੁੱਕਿਆ ਹੈ। ਇੱਥੋਂ ਤੱਕ ਕਿ ਸੰਨ 1980 ਵਿੱਚ ਡੈਨਿਲ ਨੇ ਅਕਵਾਮੇ ਮੁਤਹਿਦਾ ਨੂੰ ਇੱਕ ਖਤ ਲਿਖਿਆ ਜਿਸ ਵਿੱਚ ਉਹਨੇ ਚੰਦ 'ਤੇ ਆਪਣੀ ਮਿਲਕੀਅਤ ਦਾ ਦਾਅਵਾ ਕੀਤਾ ਅਤੇ ਅਕਵਾਮੇ ਮੁਤਹਿਦਾ ਕੋਲੋਂ ਪੁੱਛਿਆ ਕਿ ਜੇ ਉਹਨਾਂ ਨੂੰ ਇਹਦੇ 'ਤੇ ਕੋਈ ਕਾਨੂੰਨੀ ਇਤਰਾਜ਼ ਹੈ ਤੇ ਉਹ ਉਹਦੇ ਤੋਂ ਮੁਤਲਾ ਕਰ ਸਕਦੇ ਨੇ। ਪਰ ਅਕਵਾਮੇ ਮੁਤਹਿਦਾ ਨੇ ਡੈਨਿਸ਼ 'ਤੇ ਇਸ ਖਤ ਦਾ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਡੈਨਿਸ਼ ਇਸ ਹਵਾਲੇ ਨਾਲ ਆਪਣੇ ਆਪ ਨੂੰ ਬਿਲਕੁਲ ਕਲੀਅਰ ਸਮਝਦਾ ਹੈ ਕਿ ਉਹ ਚੰਦ ਦੀ ਜ਼ਮੀਨ ਦਾ ਹੱਕਦਾਰ ਹੈ। ਇਸ ਤੋਂ ਬਾਅਦ ਉਹਨੇ ਲੋਨਰ MC ਨਾਂ ਦੀ ਇੱਕ ਵੈਬਸਾਈਟ ਬਣਾਈ। ਇਸ ਵੈਬਸਾਈਟ 'ਤੇ ਉਹਨੇ ਚੰਦ ਦੀ ਜ਼ਮੀਨ ਦੀ ਖਰੀਦੋ ਫਰੋਖਤ ਦਾ ਕੰਮ ਸ਼ੁਰੂ ਕਰ ਦਿੱਤਾ। ਗੱਲ ਇੱਥੇ ਨਹੀਂ ਮੁੱਕਦੀ। ਦੁਨੀਆਂ ਭਰ ਤੋਂ 60 ਲੋਕ ਅਜਿਹੇ ਵੀ ਨੇ ਜਿਹੜੇ ਇਸ ਵੈਬਸਾਈਟ ਰਾਹੀਂ ਚੰਦ 'ਤੇ ਜ਼ਮੀਨ ਖਰੀਦ ਚੁੱਕੇ ਨੇ। ਡੈਨਿਸ਼ ਤੋਂ ਬਾਅਦ ਇਹਦਾ ਪੁੱਤਰ ਕ੍ਰਿਸ ਲਿਮਾਰ ਇਹ ਕੰਮ ਕਰ ਰਿਹਾ ਹੈ ਜੋ ਸਿਰਫ 25 ਅਮਰੀਕੀ ਡਾਲਰ ਵਿੱਚ ਚੰਨ ਦਾ ਇੱਕ ਏਕੜ ਵੇਚਦਾ ਹੈ। ਜੇ ਲੋਨਰ MC ਦੀ ਇਸ ਕੀਮਤ ਨੂੰ ਸਾਹਮਣੇ ਰੱਖਿਆ ਜਾਵੇ ਤੇ ਚੰਦ ਦੀ ਜ਼ਮੀਨ ਜੋ 9,37,38,48,198 ਏਕੜ 'ਤੇ ਮੁਸ਼ਤਮਿਲ ਹੈ ਜਿਹਦੀ ਕੁੱਲ ਕੀਮਤ 2,34,00,000,000 ਡਾਲਰ ਤੋਂ ਜ਼ਿਆਦਾ ਬਣਦੀ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਤੁਸੀਂ ਵਾਕਈ ਚੰਦ 'ਤੇ ਜਾਇਦਾਦ ਖਰੀਦ ਸਕਦੇ ਹੋ? ਇਹ ਗੱਲ ਯਾਦ ਰਵੇ ਸਰਦ ਜੰਗ ਦੌਰ ਵਿੱਚ ਜਦੋਂ ਅਮਰੀਕਾ ਤੇ ਸੋਵੀਅਤ ਯੂਨੀਅਨ ਦਰਮਿਆਨ ਖਲਾਈ ਦੌਰ ਜਾਰੀ ਸੀ ਉਦੋਂ ਅਕਵਾਮੇ ਮੁਤਹਿਦਾ ਨੇ ਇੱਕ ਖਲਾਈ ਮੁਆਹਿਦਾ ਦਸਤਖਤ ਕੀਤਾ ਸੀ ਜਿਹਦੇ ਮੁਤਾਬਿਕ ਫਲਕੀ ਸਿਆਰੇ ਚੰਨ ਸ਼ਹਾਬੇ ਸਾਕਬ ਮੁਰੀਖ ਤੇ ਕੋਈ ਵੀ ਆਪਣੀ ਮਿਲਕੀਅਤ ਨਹੀਂ ਜਿਤਾ ਸਕਦਾ। ਯਾਨੀ ਕਿ ਕੋਈ ਵੀ ਮੁਲਕ ਉੱਥੇ ਆਪਣਾ ਝੰਡਾ ਲਾ ਕੇ ਇਹ ਨਹੀਂ ਕਹਿ ਸਕਦਾ ਕਿ ਇਹ ਜ਼ਮੀਨ ਜਾਂ ਇਹ ਸਿਆਰਾ ਉਹਦੀ ਮਿਲਕੀਅਤ ਹੈ। ਪਰ ਕ੍ਰਿਸ ਲਿਮਾਰ ਤੇ ਇਹਦੇ 60,00,000 ਗਾਹਕ ਹਕੂਮਤਾਂ ਨਹੀਂ ਇਹ ਫਰਦ ਦੀ ਹੈਸੀਅਤ ਰੱਖਦੇ ਨੇ। ਇਸ ਰੂਹ ਨਾਲ ਚੰਦ 'ਤੇ ਸਾਹਿਬੇ ਜਾਇਦਾਦ ਹੋਣਾ ਮੁਮਕਿਨ ਨਹੀਂ। ਸੰਨ 2015 ਵਿੱਚ ਸਾਬਕ ਅਮਰੀਕੀ ਸਦਰ ਬਰਾਕ ਓਬਾਮਾ ਨੇ ਇਸ ਸਪੇਸ ਐਕਟ 'ਤੇ ਦਸਤਖਤ ਕੀਤੇ ਸਨ ਜਿਹਦੇ ਮੁਤਾਬਿਕ ਚੰਦ ਸਮੇਤ ਦੂਸਰੇ ਖਲਾਈ ਸਿਆਰੇ ਜਾਂ ਸਿਤਾਰਿਆਂ 'ਤੇ ਕਾਨਕੁਨੀ ਅਤੇ ਖਰੀਦੋ ਫਰੋਖਤ ਦਾ ਕੰਮ ਕੀਤਾ ਜਾ ਸਕਦਾ ਹੈ। ਫਿਰ ਵੀ ਚੰਦ ਦੀ ਜ਼ਮੀਨ ਦੀ ਮਿਲਕੀਅਤ ਹਾਸਲ ਨਹੀਂ ਕੀਤੀ ਜਾ ਸਕਦੀ। ਨਾਸਾ ਦੇ ਇੱਕ ਸਾਬਕਾ ਡਿਪਟੀ ਡਾਇਰੈਕਟਰ ਫਾਰ ਇੰਟਰਨਲ ਅਫੇਅਰ ਸਟੀਫਨ ਈ-12 ਦੇ ਮੁਤਾਬਿਕ ਤੁਸੀਂ ਚੰਦ 'ਤੇ ਜਾ ਸਕਦੇ ਹੋ, ਉੱਥੋਂ ਉਹਦੀ ਮਿੱਟੀ ਜਾਂ ਪੱਥਰ 'ਤੇ ਲਿਆ ਸਕਦੇ ਹੋ, ਪਰ ਚੰਦ 'ਤੇ ਕੁਛ ਲਕੀਰਾਂ ਖਿੱਚ ਕੇ ਜਾਂ ਹੱਦਾਂ ਬੰਨੇ ਬਣਾ ਕੇ ਇਹਦੀ ਮਿਲਕੀਅਤ ਨਹੀਂ ਲੈ ਸਕਦੇ। ਯਾਨੀ ਤੁਸੀਂ ਚੰਦ 'ਤੇ ਜ਼ਮੀਨ ਦੀ ਮਿਲਕੀਅਤ ਹਾਸਲ ਨਹੀਂ ਕਰ ਸਕਦੇ। ਤੁਹਾਨੂੰ ਯਾਦ ਰਵੇ ਕਿ ਇਸੇ ਚੱਕਰ ਵਿੱਚ ਲਾਹੌਰ 'ਤੇ ਅਜ਼ਰਾਮ ਅਲੀ ਨੇ ਚੰਦ 'ਤੇ 5 ਏਕੜ ਜ਼ਮੀਨ ਖਰੀਦੀ ਅਤੇ ਇਹਨਾਂ ਨੂੰ ਉਸ ਜ਼ਮੀਨ ਦੀ ਮਿਲਕੀਅਤ ਦੇ ਕਾਗਜ਼ਾਤ ਵੀ ਮੌਸੂਲ ਹੋ ਗਏ ਨੇ ਜਿਹਦੇ ਵਿੱਚ ਪਲਾਟ ਦੀ ਰਜਿਸਟਰੀ ਅਤੇ ਉਹਦੀ ਸੈਟੇਲਾਈਟ ਤਸਵੀਰ ਮੌਜੂਦ ਹੈ। ਉਹਦੇ ਵਿੱਚ ਇੱਕ ਖਾਸ ਜਗ੍ਹਾ ਬਾਰੇ ਮਾਲੂਮਾਤ ਦਿੱਤੀਆਂ ਜਾਂਦੀਆਂ ਨੇ ਜੋ ਕਿ ਚੰਦ ਦਾ ਕਿਹੜਾ ਹਿੱਸਾ ਔਰ ਕਿਹੜੀ ਥਾਂ 'ਤੇ ਵੇ। ਇਸ ਤੋਂ ਪਹਿਲੇ ਰਾਵਲਪਿੰਡੀ ਦੇ ਸ਼ਹਿਰੀ ਸੁਹੇਬ ਅਹਿਮਦ ਚੰਦ 'ਤੇ ਜ਼ਮੀਨ ਖਰੀਦ ਕੇ ਆਪਣੀ ਘਰਵਾਲੀ ਨੂੰ ਤੋਹਫ਼ਾ ਦੇ ਚੁੱਕੇ ਨੇ। ਬਰਤਾਨਵੀ ਨਸ਼ਰੀਆਤੀ ਇਦਾਰੇ BBC ਮੁਜਬ ਇਹਨਾਂ ਦੋਵਾਂ ਦੀ ਜ਼ਮੀਨ ਚੰਦ ਦੇ ਇਲਾਕੇ ਸੀ ਆਫ ਵੈਪਰਸ ਦੇ ਵਿੱਚ ਮੌਜੂਦ ਹੈ। ਇਸ ਇਲਾਕੇ ਵਿੱਚ ਫੀ ਏਕੜ ਕੀਮਤ ਸਭ ਤੋਂ ਘੱਟ ਹੈ। ਫਿਰ ਵੀ ਵੇਚਣ ਵਾਲਿਆਂ ਮੁਤਾਬਿਕ ਇਸ ਥਾਂ ਦੀ ਲੋਕੇਸ਼ਨ ਅਤੇ ਨਜ਼ਾਰੇ ਪ੍ਰਾਈਮ ਨੇ। ਚੰਦ ਤੋਂ ਜ਼ਮੀਨ ਨਜ਼ਰ ਆਉਣ ਵਾਲੇ ਹਿੱਸੇ ਦੇ ਬਿਲਕੁਲ ਨੇੜੇ ਹੈ। ਇਹਨਾਂ ਪਲਾਟਾਂ ਤੋਂ ਕੁਛ ਹਟਵਾਂ 40 ਕਿਲੋਮੀਟਰ ਡੂੰਘਾ
टोया मौजूद है। इनू क्रेटिस मेलिनियन कहंदे ने। यह टोआ यह दोवे पाकिस्तानी जमींदारां दी जायदाद दे नेड़े है। जिस थां ते इन्हां दोवां पाकिस्तानियां दे प्लॉट ने उत्थों 600 किलोमीटर जनूब विच जिथे 1969 विच पहली बारी इंसान ने कदम रखिया सी, जदों कि इन्हां दे प्लॉट दे कोल एक झील डोलोरल ते पहाड़ी सिलसिला हैमस भी है। यानी कि यह प्लॉट ऐसी थां ते वे जिहदे नज़ारे बहुत मन भावने ने। इन्हां तमाम खसूसियात दे नाल चंद ते यह जमीन का टुकड़ा अरजाम अली नूं बहुता महंगा नहीं मिलिया। उन्होंने 5 एकड़ दे सिर्फ 130 अमरीकी डॉलर अदा किए, पर सुहेब अहमद नूं ते 1 एकड़ इहदे तों वी किते घट कीमत विच मिलिया है। सुहेब अहमद ने BBC नूं इंटरव्यू देंदिया दस्या कि जिस इलाके विच इहदा प्लॉट है उत्थे तकरीबन सारे प्लॉट विक चुके ने, क्योंकि उन्हें दस्या कि मैं कुछ दोस्तों वास्ते उत्थे प्लॉट लैण दी अर्जी दित्ती पर उत्थे प्लॉट विक चुके सन। इन्हां दोवां नूं जायदाद दे कागजात दे नाल अपनी जमीन दा सैटेलाइट नक्शा भी मिलिया है, जिहदे विच इन्हां दे प्लॉट काफ़ी वाजे नज़र आउंदे ने। जिथे इन्हां दी जमीन दी निशानदेही उस तस्वीर ते लकीर ला के दसी गई है, ते इस प्लॉट दा आल दुआला कागजात विच साफ साफ लिख दिता गया है। उहदे नाल नाल इन्हां दे प्लॉट दा नंबर भी इन्हां दे कोल है, क्योंकि जमीन वेचण वाले आलमी इदारे लॉनर सुसाइटी इंटरनेशनल ने इन्हां नूं दस्या सी इस तरह इन्हां नूं अपनी जमीन वेखण ते लभण विच आसानी होवेगी। जियोग्राफिक पंजाबी दी अज दी डॉक्यूमेंट्री बारे तुहाडे की विचार ने, अपना एक मैसेज जरूर दिया जे। जियोग्राफिक पंजाबी दुनिया विच वसदे सारे पंजाबियों दा मालूमाती चैनल।